ਬਿਸਮਿਲ੍ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕੁਮ। ਉਮੀਦ ਕਰਨਾ ਤੁਸੀਂ ਵੀ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ। ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ। ਜੋ ਮੇਰੇ ਭਾਈ ਭੈਣਾਂ ਭਾਈ ਬੇ ਔਲਾਦ ਨੇ, ਔਲਾਦ ਦੇ ਬੇਰੁਜ਼ਗਾਰ ਨੇ, ਰੁਜ਼ਗਾਰ ਦੇ ਜੋ ਸਫ਼ਰ ਕਰ ਰਹੇ ਹਾਂ, ਆਪਣੇ ਮਕਸਦ ਮਕਸੂਦ 'ਤੇ ਪਹੁੰਚਾਏ। ਅੱਲਾਹ ਦੇ ਹਰ ਤੇ ਕਾਰੋਬਾਰ ਹੈ, ਰੱਬ ਦੀ ਜ਼ਾਤ ਬਰਕਤ ਪਾਵੇ, ਹਰ ਨੂੰ ਕਾਮਯਾਬ ਕਰੇ, ਜੋ ਕਿਸੇ ਪਰੇਸ਼ਾਨੀ ਚਾਹੇ ਪਰੇਸ਼ਾਨੀਆਂ ਆਉਂਦੀਆਂ ਦੂਰ ਕਰੇ। ਅਤੇ ਸੁਬਹਾ ਸੁਬਹਾ ਦਾ ਟਾਈਮ ਤੋਂ ਉੱਠੇ ਹਾਂ, ਮੈਂ ਆਖਿਆ ਵੀ ਅੱਜ ਦੇ ਵਲੋਗ ਦਾ ਕਰ ਲਈਏ ਆਗਾਜ਼। ਤੇ ਬਣਾ ਬਰਾਵਾਂ ਨਾਲ ਸਲਾਮ ਦੁਆ ਕਰ ਲਈਏ। ਬਰਤਨ ਸਾਫ ਕਰਦੇ ਪਿਆ ਕੀ? ਹਾਂਜੀ, ਅਗਰ ਰਾਤ ਨੂੰ ਕਾਰ ਰੱਖ ਲਈਆ ਤੋ ਤੇ ਰਾਤ ਨੂੰ ਮੋੜਨਾ, ਜੇ ਰੋਟੀਆਂ ਤੇ ਬੱਚਿਆਂ ਖਵਾ ਰਹੇ। ਬਿਲਾਲ ਦੀ ਤਬੀਅਤ ਸਾ ਖਰਾਬ ਹੋ ਗਈ ਹੈ, ਉਹਦੇ ਪੇਟ ਵਿੱਚ ਕੋਈ ਮਸਲਾ ਤੇ ਬੋਤਲ ਲਾ ਦਿੱਤੀ, ਕੋਈ ਨਿਰਮਾਨ ਆਇਆ ਤੇ ਹੁਣ ਮੈਂ ਬਰਤਨ ਰੱਖੇ ਤੇ ਹੁਣ ਸਾਫ਼ ਕੀਤੇ ਨੇ, ਸਾਰੀ ਰਾਤ ਵਿਚਾਰਾ ਨਹੀਂ ਸੁੱਤਾ, ਹੁਣ ਕਿਹਦੀ ਹੱਥ ਵੀ ਖਾਈ। ਹਾਂਜੀ, ਅਸਨੈਣ ਉੱਤੇ ਬੈਠਾ ਰੇੜੀ ਦੇ, ਅੱਜ ਹੁਣ ਇਸ ਚਸ਼ਮਾ ਲਾਇਆ ਹੋਇਆ ਤੇਰੀ ਖੈਰ ਤੇ ਮਾਸ਼ਾਅੱਲਾ। ਅੱਗੇ ਹੁਣ ਜਾਂਦੇ ਪਏ ਗਾਹ ਨੂੰ ਤੇ ਅੱਲਾਹ ਦੇ ਨੇਕ ਬੰਦਿਆਂ 'ਤੇ ਰਹਿਮਤ ਕਰੇ, ਉਹਨਾਂ ਨੂੰ ਜ਼ਿੰਦਗੀ ਦੇਵੇ, ਅੱਲਾਹ ਉਹਨਾਂ ਨੂੰ ਤੰਦਰੁਸਤੀ ਦੇਵੇ, ਬੱਚਿਆਂ ਦੀ ਜ਼ਿੰਦਗੀ ਕਰੇ, ਹਰ ਦੇ ਬੱਚਿਆਂ ਨੂੰ ਤੰਦਰੁਸਤੀ ਸਿਹਤ ਦੇਵੇ। ਇਹ ਸਾਡੇ ਮਕਾਨ ਦੀ ਹਾਲਤ ਹੈ ਅਤੇ ਇਹ ਨਾਲ ਸਾਡਾ ਛੱਪਾ ਰਹੇ ਜਿੱਥੇ ਅਸਾਂ ਇਹ ਹੁਣ ਪੱਖਾ ਚੱਲਦਾ ਪਿਆ ਹੈ ਅਤੇ ਇਹ ਹੀ ਆ ਕੱਚੀਆਂ ਦੀਵਾਰਾਂ ਨੇ, ਇਹ ਸਾਰਾ ਛੱਪਾ ਰਹੇ ਅਤੇ ਉੱਪਰ ਕੱਚੀ ਛੱਤ ਪੈਂਦੀ ਅਤੇ ਗੁਜ਼ਾਰਾ ਇਸ ਤਰ੍ਹਾਂ ਕਰ ਰਹੇ ਹਾਂ। ਅਤੇ ਰੱਬ ਦੀ ਰਾਤ ਗੁਜਾਇਸ਼ ਦੇਸੀ ਤੋਂ ਇਹਨੂੰ ਕੁੱਟੀ ਪਲਸਤਰ ਕਰਾ ਲਵਾਂਗੇ, ਨਾ ਤਾਂ ਮੇਰੇ ਕੋਲ ਤੋਂ ਗੁੰਜਾਇਸ਼ ਨਹੀਂ ਹੈ, ਮੈਂ ਹੁਣ ਕੀ ਕਰਾਂ। ਨਾਲੇ ਅੱਲਾ ਪਾਕ ਕਰਮ ਕਰਸੀ, ਅੱਲਾ ਦੀ ਰਾਤ 'ਤੇ ਭਰੋਸਾ ਰੱਖਣਾ ਚਾਹੀਦਾ, ਬਣਾ ਬਰਾ ਅੱਲਾ ਤੰਦਰੁਸਤੀ ਉਹਨਾਂ ਨੂੰ ਸਿਹਤ ਦੇਵੇ, ਜ਼ਿੰਦਗੀ ਦੇਵੇ। ਅੱਗੇ ਤੁਹਾਨੂੰ ਵਿਖੇਨਿਆ ਬਿਲਾਲ, ਬਿਲਾਲ ਸ਼ੋਦਾ ਦੀ ਰਾਤੀ ਤਬੀਅਤ ਕਾਫੀ ਖਰਾਬ ਹੋ ਗਈ ਹੈ ਅਤੇ ਰਾਤ ਅਸੀਂ ਕੱਢੀ ਹੈ ਬਾਹਰ 'ਚ ਅਤੇ ਹੁਣ ਇਹਨੂੰ ਖਵਾਏ ਨੇ ਚਾਹ ਅਤੇ ਰਸ ਅਤੇ ਹੁਣ ਆ ਵੇਖੇ ਹਾਲੇ ਤਾਈਂ ਜਿਹੜਾ ਇਹਨਾਂ ਆ ਵਿਚਾਰਿਆਂ ਨੂੰ ਚੋਟਾਂ ਲੱਗੀਆਂ ਨੇ ਗਿਰ ਗਿਰ ਕੇ, ਇਹ ਆ ਸਾਹਮਣੇ ਤੋਂ ਨਜ਼ਰ ਆ ਰਿਹਾ ਹੋਵੇਗਾ। ਮੁੜ ਮਾਂ ਪਿਓ ਦਾ ਤਾਂ ਦਿਲ ਪਰੇਸ਼ਾਨ ਹੁੰਦਾ ਹੈ ਕਿਉਂਕਿ ਹੋਰ ਘਰ ਦਾ ਵੀ ਕੰਮ ਜਿਹੜਾ ਨੇ ਉਹ ਵੀ ਕਰਨਾ ਹੁੰਦਾ ਹੈ ਅਤੇ ਹੁਣ ਬੱਚਿਆਂ ਕੋਲ 24 ਘੰਟੇ, ਹੁਣ ਬੱਚਿਆਂ ਦੋਵਾਂ ਦੀ ਉਹਨਾਂ ਦੀ ਵਿਚਾਰਿਆਂ ਦੀ ਪੜ੍ਹਾਈ ਵੀ ਗਈ, ਹੋਰ ਉਹਨਾਂ ਦਾ ਟਾਈਮ ਆ ਪੜ੍ਹਾਉਣ ਦਾ ਅਤੇ ਆ ਸਾਡਾ ਅੰਦਰ ਦੀ ਹਾਲਾਤ ਹੈ ਅਤੇ ਅੱਲਾ ਪਾਕ ਕਰਮ ਕਰ ਸੀ, ਰਹਿਮਤ ਕਰ ਸੀ ਅਤੇ ਗੁੰਜਾਇਸ਼ ਦਿੱਤੀ ਅਤੇ ਮੈਂ ਬਣਾ ਲਈ ਸਾਂ ਅਤੇ ਕਦੇ ਤਾਂ ਰੱਬ ਦੀ ਰਾਤ ਸਾਡੇ ਵੀ ਸੁਣ ਸੀ ਪਹਿਲਾਂ ਹਰ ਦੇ ਬੱਚਿਆਂ ਨੂੰ ਤੰਦਰੁਸਤ। ਹਾਂਜੀ, ਅਤੇ ਸਾਡੇ ਵਾਲੇ ਪਾਸੇ ਨਾ ਇਸ ਤਰ੍ਹਾਂ ਕੱਚੇ ਮਕਾਨ ਵੀ ਹਨ, ਇੰਨਾ ਕੁ ਨਾ ਹੀ ਗੁੰਜਾਇਸ਼। ਬਿਸਮਿਲ੍ਲਾਹਿ ਰਹਿਮਾਨ ਰਹੀਮ। ਇਹ ਜੀ ਜੋ ਨਾਲੇ ਮੈਂ ਮਸਜਿਦ ਪਾ ਕੇ 'ਚ ਆ ਗਿਆ, ਮਾਸ਼ਾਅੱਲਾ ਮਾਸ਼ਾਅੱਲਾ, ਤੁਸੀਂ ਇਹਦੇ ਜੜਾਈ ਸ਼ੀਸ਼ੇ ਦੀ ਵਿੰਗਦੇ ਜਾਓ ਵੀ ਕਿਸ ਤਰ੍ਹਾਂ ਬਣਾਵਾਂ ਨਾਲ ਇਹਦੇ ਵੀ ਕਮਾਲ ਕਰ ਦਿੱਤੀ, ਮਾਸ਼ਾਅੱਲਾ ਮਾਸ਼ਾਅੱਲਾ, ਕਿਸ ਕਿਤਨਾ ਖੂਬਸੂਰਤ ਹੈ ਇਹ ਸਾਰੀ ਮੇਰੇ ਭਾਈ ਜਾਨ, ਸ਼ੀਸ਼ੇ ਦੀ ਜੜਾਈ ਹੋਈ ਹੈ। ਇਹ ਵੇਖੋ ਜੀ, ਅਤੇ ਇਹ ਮਾਸ਼ਾਅੱਲਾ ਕਾਲੀ ਕਮਲੀ ਵਾਲੇ ਦਾ ਰੋਜ਼ਾ ਹੈ, ਇਹਦਾ ਮਰਾਬ ਹੈ, ਇਹਦਾ ਤੁਸੀਂ ਸਾਹ ਵੇਖ ਲਓ ਵੀ ਆਸ਼ ਕਿਤਨੀ ਖੂਬਸੂਰਤੀ ਉਸ ਬਣਾਈ, ਬਣਾਵਾਂ ਨਾਲੇ ਵੀ ਕਮਾਲ ਕਰ ਦਿੱਤੀ ਹੈ। ਅਤੇ ਜਿਹੜੇ ਬਣਾ ਬਰਾ ਇਮਦਾਦ ਕਰਦੇ ਨੇ ਰਸਤੇ ਤੋਂ ਜਾਂ ਪੈਸੇ ਬਾਹਰ ਬੰਦਾ ਬੈਠਾ ਹੈ ਜਿਹਨਾਂ ਨਾਲ ਜਿਹੜੇ ਪੈਸੇ ਲੈ ਰਿਹਾ, ਅਤੇ ਇਹ ਮਾਸ਼ਾਅੱਲਾ ਮੇਰੇ ਸੋਹਣੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹਜ਼ੂਰ ਪਾਕ ਦਾ ਰੋਜ਼ਾ, ਇਹ ਨਾਲ ਜਨਾਲੀ ਵਿੱਚ AC ਵੀ ਲਾਇਆ ਹੋਇਆ ਹੈ,
ਤੇ ਉੱਪਰ ਵੀ ਜਿਹੜੀ ਨਾ ਇਹਦੀ ਛੱਤ ਜਿਹੜੀ ਹੈ ਨਾ ਪੂਰੀ ਸ਼ੀਸ਼ੇ ਦੀ ਜੜਾਈ ਹੋਈ ਹੋਈ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਪਾਕ ਵੇਖ ਲਾ ਕੁਦਰਤ ਇਨਸਾਨ ਦਾ ਦਿਮਾਗ ਕਿਤਨਾ ਮੁੜ ਵੀ ਇਨਸਾਨ ਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਯਾਰ, ਮੈਨੂੰ ਅੱਲਾ ਤਾਲਾ ਕਿਤਨਾ ਕੁਝ ਦਿੱਤਾ। ਅਤੇ ਸਾਡੇ ਇਹ ਕਮਜ਼ੋਰੀਆਂ ਨੇ ਜਿਹੜੀ ਅਸੀਂ ਸ਼ੁਕਰ ਅਦਾ ਨਹੀਂ ਕਰਦੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ, ਅਤੇ ਇਸ ਵਾਸਤੇ ਮੈਂ ਆਖਿਆ ਵੀ ਅੱਜ ਰਸਤੇ 'ਤੇ ਜਾ ਰਿਹਾ, ਮੈਂ ਆਖਿਆ ਵੀ ਭੈਣਾਂ ਭਰਾਵਾਂ ਨੂੰ ਸ਼ੇਅਰ ਕਰ ਲਵਾਂ ਮਸਜਿਦ ਪਾਕ ਦਾ, ਜੋ ਨਾਲੇ ਉਹਨਾਂ ਨੂੰ ਜ਼ਿਆਰਤ ਕਰਾ ਲਵਾਂ। ਯਾਰ ਤੁਸੀਂ ਆਪਣਾ ਵੇਖੋ, ਇਹ ਇੱਕ ਅੱਲਾ ਦਾ ਘਰ ਹੈ, ਕਿਸ ਤਰੀਕੇ ਨਾਲ ਬੰਦੇ ਮਤਲਬ ਤਿਆਰ ਕੀਤਾ ਗਿਆ ਅਤੇ ਕਿਸ ਤਰ੍ਹਾਂ ਉਹ ਸ਼ੀਸ਼ੇ ਦੀ ਜੜਾਈ ਕੀਤੀ ਹੈ। ਉਹ ਵੀ ਤਾਂ ਯਾਰ ਆਪਣੇ ਨਾਲ ਦਾ ਪਾਈ ਹੈ। ਅੱਲਾ ਹਰ ਦੇ ਕਾਰੋਬਾਰ ਬਰਕਤ ਪਾਵੇ। ਔਰ ਥੱਲੇ ਵੀ ਜਾਂਦੇ ਜਿਹੜੇ ਨਾ ਮਾਸ਼ਾਅੱਲਾ ਕਲੀਨਾਂ ਬਹੁਤ ਖੂਬਸੂਰਤ ਲੱਗੀਆਂ ਹੋਈਆਂ ਨੇ, ਅਤੇ ਥੱਲੇ ਤੁਸੀਂ ਵੇਖ ਸਕਦੇ ਨੇ। ਅਤੇ ਜਿਹੜੇ ਮੁਸਾਫਿਰ ਆਉਂਦੇ ਜਾਂਦੇ ਨੇ ਉਹਨਾਂ ਦਾ ਹਿਸਾਬ ਤੁਸੀਂ ਆਪ ਵੇਖ ਲਓ ਵੀ ਉਹ ਜਿਹਨਾਂ ਲਈ ਇਸ ਮਸਜਿਦ 'ਤੇ ਜਿਹੜਾ ਵੀ ਪੈਸਾ ਮਿਲਦਾ ਹੈ ਨਾ, ਇਹ ਮੇਰੇ ਵਿਆਹ ਜਿਹਨਾਂ ਲਈ ਇਸ ਮਸਜਿਦ 'ਤੇ ਲੈਂਦੇ ਨੇ। ਇਹ ਸਾਰੇ ਜਿਹੜਾ ਸ਼ੀਸ਼ੇ ਦੀ ਜੜਾਈ ਹੋਈ ਹੋਈ ਹੈ, ਬਾਹਰਲੀ ਸਾਈਡ 'ਤੇ ਵੀ ਇਹਨਾਂ ਚਿੱਪਾ ਸਿਲਾਈ ਹੋਈ ਹੈ। ਇਹ ਮਾਸ਼ਾਅੱਲਾ ਰੋਡ ਦੇ ਨਾਲ ਹੈ ਜਿਹੜੀ ਆ ਤੁਹਾਨੂੰ ਦਿੱਤਾ ਹੋਇਆ। ਆਹ ਵੇਖ ਮਾਸ਼ਾਅੱਲਾ ਬਾਹਰੋਂ ਵੀ ਬੜਾ ਖੂਬਸੂਰਤ ਹਿਸਾਬ ਹੈ ਅਗਰ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅਤੇ ਇਹ ਨਾਲ ਫਸਲ ਮੱਕੀ ਦੀ ਹੈ, ਮੱਕੀ ਵੀ ਜਿਹੜੀ ਨਾ ਛੱਲੀ ਚੇਰੀ ਖੜੀ ਹੈ, ਅਤੇ ਮਤਲਬ ਤਿਆਰ ਹੈ। ਅਤੇ ਇਹ ਨਾਲ ਇਹਨਾਂ ਭਾਈ ਹੋਰਾਂ ਫੁੱਲ ਬੂਟੇ ਵੀ ਲਾਏ ਹੋਏ ਨੇ, ਅਤੇ ਟੂਟੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ। ਇਹ ਫੁੱਲ ਨੇ ਮਾਸ਼ਾਅੱਲਾ, ਆਹ ਫੁੱਲ ਗੁਲਾਬ ਦਾ, ਇਹਦੇ ਤੁਸੀਂ ਆਹ ਵੀ ਗੁਲਾਬ ਦਾ ਫੁੱਲ ਹੈ। ਇਹ ਹੋਰ ਬੂਟਾ ਹੈ ਮੇਰਾ ਬਾਈ ਜਿਹੜੀ ਚੀਜ਼ ਦਾ ਨਹੀਂ ਮਿਲਾ, ਆਹ ਛੋਟੇ ਛੋਟੇ ਗੁਲਾਬ ਦਾ ਫੁੱਲ ਤੁਸੀਂ ਦੇਖੋ ਕਿਤਨੇ ਖੂਬਸੂਰਤ ਹੈ। ਇਸ ਰੇਚ ਵੀ ਹੈ ਨਾ ਵਨ ਪਵਨ ਨੇ ਫੁੱਲ ਲਾਏ ਹੋਏ ਨੇ, ਆਹ ਸਫੈਦ ਨੇ ਆਹ। ਇਹ ਨਾਲ ਭਾਈ ਹੋਰਾਂ ਟਮਾਟਰਾਂ ਦਾ ਬੂਟਾ ਇੱਕ ਲਾਇਆ ਹੋਇਆ, ਇਹ ਵੇਖ ਮਾਸ਼ਾਅੱਲਾ ਮਾਸ਼ਾਅੱਲਾ। ਇਹ ਵੀ ਗੁਲਾਬ ਦਾ ਫੁੱਲ ਹੈ, ਇਹ ਵੀ ਗੁਲਾਬ ਦਾ ਫੁੱਲ ਹੈ। ਰੋਡ ਹੈ ਨਾਲ ਇਹ ਜੀ, ਜੋ ਨਾਲ ਮੈਂ ਮਸਜਿਦ ਪਾ ਕੇ ਆ ਗਿਆ। ਮਾਸ਼ਾਅੱਲਾ ਮਾਸ਼ਾਅੱਲਾ, ਤੁਸੀਂ ਇਹਦੇ ਜੜਾਈ ਸ਼ੀਸ਼ੇ ਦੀ ਵੇਖਦੇ ਜਾਓ ਵੀ ਕਿਸ ਤਰ੍ਹਾਂ ਬਣਾਵਾਂ ਨਾਲ ਇਹਦੇ ਵੀ ਕਮਾਲ ਕਰ ਦਿੱਤੀ। ਮਾਸ਼ਾਅੱਲਾ ਮਾਸ਼ਾਅੱਲਾ, ਕਿਸ ਕਿਤਨਾ ਖੂਬਸੂਰਤ ਹੈ ਇਹ ਸਾਰੀ ਮੇਰੇ ਭਾਈ ਜਾਨ ਸ਼ੀਸ਼ੇ ਦੀ ਜੜਾਈ ਹੋਈ ਹੋਈ ਹੈ। ਇਹ ਵੇਖੋ ਜੀ, ਅਤੇ ਇਹ ਮਾਸ਼ਾਅੱਲਾ ਕਾਲੀ ਕਮਲੀ ਵਾਲੇ ਦਾ ਰੋਜ਼ਾ ਹੈ, ਇਹਦਾ ਮਰਾਬ ਹੈ, ਇਹਦਾ ਤੁਸੀਂ ਹਿਸਾਬ ਵੇਖ ਲਓ ਵੀ ਅਸ਼ ਕਿਤਨੀ ਖੂਬਸੂਰਤੀ ਉਸ ਬਣਾਈ, ਬਣਾਵਾਂ ਨਾਲੇ ਵੀ ਕਮਾਲ ਕਰ ਦਿੱਤੀ ਹੈ। ਅਤੇ ਜਿਹੜੇ ਬਣਾ ਬਰਾ ਇਮਦਾਦ ਕਰਦੇ ਨੇ ਰਸਤੇ ਤੋਂ ਜਾਂ ਪੈਸੇ ਬਾਹਰ ਬੰਦਾ ਬੈਠਾ ਹੈ ਜਿਹਦੇ ਨਾਲ ਜਿਹੜਾ ਪੈਸੇ ਲੈ ਰਿਹਾ, ਅਤੇ ਇਹ ਮਾਸ਼ਾਅੱਲਾ ਮੇਰੇ ਸੋਹਣੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹਜ਼ੂਰ ਪਾਕ ਦਾ ਰੋਜ਼ਾ, ਇਹਨਾਂ ਜਨਾਲੀ ਵਿੱਚ ਏਸੀ ਵੀ ਲਾਇਆ ਹੋਇਆ ਹੈ, ਅਤੇ ਉੱਪਰ ਵੀ ਜਿਹੜੀ ਨਾ ਇਹਦੀ ਛੱਤ ਜਿਹੜੀ ਹੈ ਨਾ ਪੂਰੀ ਸ਼ੀਸ਼ੇ ਦੀ ਜੜਾਈ ਹੋਈ ਹੋਈ। ਮਾਸ਼ਾਅੱਲਾ ਮਾਸ਼ਾਅੱਲਾ, ਅੱਲਾ ਪਾਕ ਵੇਖ ਲਾ ਕੁਦਰਤ ਇਨਸਾਨ ਦਾ ਦਿਮਾਗ
ਕਿਤਨਾ ਮੁੜ ਵੀ ਇਨਸਾਨ ਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਯਾਰ, ਮੈਨੂੰ ਅੱਲਾਹ ਤਾਲਾ ਕਿਤਨਾ ਕੁਝ ਦਿੱਤਾ ਹੈ। ਅਤੇ ਸਾਡੇ ਇਹ ਕਮਜ਼ੋਰੀਆਂ ਨੇ ਜਿਹੜੀ ਅਸੀਂ ਸ਼ੁਕਰ ਅਦਾ ਨਹੀਂ ਕਰਦੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ। ਅਤੇ ਇਸ ਵਾਸਤੇ ਮੈਂ ਆਖਿਆ ਵੀ ਅੱਜ ਰਸਤੇ 'ਤੇ ਜਾ ਰਿਹਾ, ਮੈਂ ਆਖਿਆ ਵੀ ਭੈਣਾਂ ਭਰਾਵਾਂ ਨੂੰ ਸ਼ੇਅਰ ਕਰ ਲਵਾਂ ਮਸਜਿਦ ਪਾਕ ਦਾ, ਜੋ ਨਾਲੇ ਉਹਨਾਂ ਨੂੰ ਜ਼ਿਆਰਤ ਕਰਾ ਲਵਾਂ। ਯਾਰ ਤੁਸੀਂ ਆਪਣਾ ਵੇਖੋ, ਇਹ ਇੱਕ ਅੱਲਾਹ ਦਾ ਘਰ ਹੈ, ਕਿਸ ਤਰੀਕੇ ਨਾਲ ਬੰਦੇ ਮਤਲਬ ਤਿਆਰ ਕੀਤਾ ਗਿਆ ਹੈ ਅਤੇ ਕਿਸ ਤਰ੍ਹਾਂ ਉਹ ਸ਼ੀਸ਼ੇ ਦੀ ਜੜਾਈ ਕੀਤੀ ਹੈ। ਉਹ ਵੀ ਤਾਂ ਯਾਰ ਆਪਣੇ ਨਾਲ ਦਾ ਪਾਈ ਹੈ। ਅੱਲਾਹ ਹਰ ਦੇ ਕਾਰੋਬਾਰ ਬਰਕਤ ਪਾਵੇ। ਔਰ ਥੱਲੇ ਵੀ ਜਾਂਦੇ ਜਿਹੜੇ ਨਾ ਮਾਸ਼ਾਅੱਲਾ ਕਲੀਨਾਂ ਬਹੁਤ ਖੂਬਸੂਰਤ ਲੱਗੀਆਂ ਹੋਈਆਂ ਨੇ, ਅਤੇ ਥੱਲੇ ਤੁਸੀਂ ਵੇਖ ਸਕਦੇ ਨੇ। ਅਤੇ ਜਿਹੜੇ ਮੁਸਾਫਿਰ ਆਉਂਦੇ ਜਾਂਦੇ ਨੇ ਉਹਨਾਂ ਦਾ ਹਿਸਾਬ ਤੁਸੀਂ ਆਪ ਵੇਖ ਲਓ ਵੀ ਉਹ ਜਿਹਨਾਂ ਲਈ ਇਸ ਮਸਜਿਦ 'ਤੇ ਜਿਹੜਾ ਵੀ ਪੈਸਾ ਮਿਲਦਾ ਹੈ ਨਾ, ਇਹ ਮੇਰੇ ਵਿਆਹ ਜਿਹਨਾਂ ਲਈ ਇਸ ਮਸਜਿਦ 'ਤੇ ਲੈਂਦੇ ਨੇ। ਇਹ ਸਾਰੇ ਜਿਹਨਾਂ ਸ਼ੀਸ਼ੇ ਦੀ ਜੜਾਈ ਹੋਈ ਹੋਈ ਹੈ, ਬਾਹਰਲੀ ਸਾਈਡ 'ਤੇ ਵੀ ਇਹਨਾਂ ਚਿੱਪਾ ਸਿਲਾਈ ਹੋਈ ਹੈ। ਇਹ ਮਾਸ਼ਾਅੱਲਾ ਰੋਡ ਦੇ ਨਾਲ ਹੈ ਜਿਹੜੀ ਆ ਤੁਹਾਨੂੰ ਦਿੱਤਾ ਹੋਇਆ। ਆਹ ਵੇਖੋ ਮਾਸ਼ਾਅੱਲਾ ਬਾਹਰੋਂ ਵੀ ਬੜਾ ਖੂਬਸੂਰਤ ਹੈ ਹਿਸਾਬ ਹੈ ਅਗਰ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅਤੇ ਇਹ ਨਾਲ ਫਸਲ ਮੱਕੀ ਦੀ ਹੈ, ਮੱਕੀ ਵੀ ਜਿਹੜੀ ਨਾ ਛੱਲੀ ਚੇਰੀ ਖੜੀ ਹੈ, ਤਾਂ ਮਤਲਬ ਤਿਆਰ ਹੈ। ਅਤੇ ਇਹ ਨਾਲ ਇਹਨਾਂ ਭਾਈ ਹੋਰਾਂ ਫੁੱਲ ਬੂਟੇ ਵੀ ਲਾਏ ਹੋਏ ਨੇ, ਅਤੇ ਇਹ ਟੂਟੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ। ਇਹ ਫੁੱਲ ਨੇ ਮਾਸ਼ਾਅੱਲਾ, ਆਹ ਫੁੱਲ ਗੁਲਾਬ ਦਾ ਇਹਦੇ ਤੁਸੀਂ ਵੇਖ ਲਓ, ਇਹ ਵੀ ਗੁਲਾਬ ਦਾ ਫੁੱਲ ਹੈ। ਇਹ ਹੋਰ ਬੂਟਾ ਹੈ ਮੇਰਾ ਭਾਈ, ਜਿਹੜੀ ਚੀਜ਼ ਦਾ ਨਹੀਂ ਮਿਲਾਂ। ਇਹ ਛੋਟੇ ਛੋਟੇ ਗੁਲਾਬ ਦੇ ਫੁੱਲ ਤੁਸੀਂ ਦੇਖੋ ਕਿਤਨੇ ਖੂਬਸੂਰਤ ਹੈ। ਇਸ ਰੇਤ ਵੀ ਹੈ ਨਾ ਵਨ ਪਵਨ ਨੇ ਫੁੱਲ ਲਾਏ ਹੋਏ ਨੇ, ਆਹ ਸਫੈਦ ਨੇ। ਇਹ ਨਾਲ ਭਾਈ ਹੋਰਾਂ ਟਮਾਟਰਾਂ ਦਾ ਬੂਟਾ ਇੱਕ ਲਾਇਆ ਹੋਇਆ, ਇਹ ਵੇਖ ਮਾਸ਼ਾਅੱਲਾ ਮਾਸ਼ਾਅੱਲਾ। ਇਹ ਵੀ ਗੁਲਾਬ ਦਾ ਫੁੱਲ ਹੈ, ਇਹ ਵੀ ਗੁਲਾਬ ਦਾ ਫੁੱਲ ਹੈ। ਰੋਡ ਹੈ ਨਾਲ ਇਹ ਜੀ, ਜੋ ਨਾਲ ਮੈਂ ਮਸਜਿਦ ਪਾ ਕੇ ਆ ਗਿਆ। ਮਾਸ਼ਾਅੱਲਾ ਮਾਸ਼ਾਅੱਲਾ। ਤੁਸੀਂ ਇਹਦੇ ਜੜਾਈ ਸ਼ੀਸ਼ੇ ਦੀ ਵੇਖਦੇ ਜਾਓ ਵੀ ਕਿਸ ਤਰ੍ਹਾਂ ਬਣਾਵਾਂ ਨਾਲ ਇਹਦੇ ਵੀ ਕਮਾਲ ਕਰ ਦਿੱਤੀ ਹੈ। ਮਾਸ਼ਾਅੱਲਾ ਮਾਸ਼ਾਅੱਲਾ, ਕਿਸ ਕਿਤਨਾ ਖੂਬਸੂਰਤ ਹੈ। ਇਹ ਸਾਰੇ ਮੇਰੇ ਭਾਈ ਜਾਨ ਸ਼ੀਸ਼ੇ ਦੀ ਜੜਾਈ ਹੋਈ ਹੋਈ ਹੈ, ਇਹ ਵੇਖੋ ਜੀ। ਅਤੇ ਇਹ ਮਾਸ਼ਾਅੱਲਾ ਕਾਲੀ ਕਮਲੀ ਵਾਲੇ ਦਾ ਰੋਜ਼ਾ ਹੈ, ਇਹਦਾ ਮਰਾਬ ਹੈ। ਇਹਦਾ ਤੁਸੀਂ ਹਿਸਾਬ ਵੇਖ ਲਓ ਵੀ ਅੱਜ ਕਿਤਨੀ ਖੂਬਸੂਰਤੀ ਉਸ ਬਣਾਈ, ਬਣਾਵਾਂ ਨਾਲੇ ਵੀ ਕਮਾਲ ਕਰ ਦਿੱਤੀ ਹੈ। ਅਤੇ ਜਿਹੜੇ ਬਣਾ ਬਰਾ ਇਮਦਾਦ ਕਰਦੇ ਨੇ ਰਸਤੇ ਤੋਂ ਜਾਂ ਪੈਸੇ ਬਾਹਰ ਬੰਦਾ ਬੈਠਾ ਹੈ, ਜੇ ਨਾਲੇ ਜਿਹੜੇ ਪੈਸੇ ਲੈ ਰਿਹਾ। ਅਤੇ ਇਹ ਮਾਸ਼ਾਅੱਲਾ ਮੇਰੇ ਸੋਹਣੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹਜ਼ੂਰ ਪਾਕ ਦਾ ਰੋਜ਼ਾ ਹੈ। ਇਹਨਾਂ ਦੇ ਨਾਲ ਵਿੱਚ ਏਸੀ ਵੀ ਲਾਇਆ ਹੋਇਆ ਹੈ, ਅਤੇ ਉੱਪਰ ਵੀ ਜਿਹੜੀ ਇਹਨਾਂ ਦੀ ਛੱਤ ਜਿਹੜੀ ਹੈ ਨਾ ਪੂਰੀ ਸ਼ੀਸ਼ੇ ਦੀ ਜੜਾਈ ਹੋਈ ਹੋਈ। ਮਾਸ਼ਾਅੱਲਾ ਮਾਸ਼ਾਅੱਲਾ। ਅੱਲਾਹ ਪਾਕ ਵੇਖ ਲਾ ਕੁਦਰਤ, ਇਨਸਾਨ ਦਾ ਦਿਮਾਗ ਕਿਤਨਾ ਮੁੜ ਵੀ ਇਨਸਾਨ ਨੂੰ ਸ਼ੁਕਰ ਅਦਾ ਕਰਨਾ ਚਾਹੀਦਾ ਯਾਰ, ਮੈਨੂੰ ਅੱਲਾਹ ਤਾਲਾ ਕਿਤਨਾ ਕੁਝ ਦਿੱਤਾ ਹੈ। ਅਤੇ ਸਾਡੇ ਇਹ ਕਮਜ਼ੋਰੀਆਂ ਨੇ ਜਿਹੜੀ ਅਸੀਂ ਸ਼ੁਕਰ ਅਦਾ ਨਹੀਂ ਕਰਦੇ ਹਾਂ। ਮਾਸ਼ਾਅੱਲਾ ਮਾਸ਼ਾਅੱਲਾ।
ਤੇ ਇਸ ਵਾਸਤੇ ਮੈਂ ਆਖਿਆ ਵੀ ਅੱਜ ਰਸਤੇ 'ਤੇ ਜਾ ਰਿਹਾ, ਮੈਂ ਆਖਿਆ ਵੀ ਭੈਣਾਂ ਭਰਾਵਾਂ ਨੂੰ ਸ਼ੇਅਰ ਕਰ ਲਵਾਂ ਮਸਜਿਦ ਪਾਕ ਦਾ, ਜੋ ਨਾਲੇ ਉਹਨਾਂ ਨੂੰ ਜ਼ਿਆਰਤ ਕਰਾ ਲਵਾਂ। ਯਾਰ ਤੁਸੀਂ ਆਪਣਾ ਵੇਖੋ, ਇਹ ਇੱਕ ਅੱਲਾਹ ਦਾ ਘਰ ਹੈ, ਕਿਸ ਤਰੀਕੇ ਨਾਲ ਬੰਦੇ ਮਤਲਬ ਤਿਆਰ ਕੀਤਾ ਗਿਆ ਅਤੇ ਕਿਸ ਤਰ੍ਹਾਂ ਉਹ ਸ਼ੀਸ਼ੇ ਦੀ ਜੜਾਈ ਕੀਤੀ ਹੈ। ਉਹ ਵੀ ਤਾਂ ਯਾਰ ਆਪਣੇ ਨਾਲ ਦਾ ਭਾਈ ਹੈ। ਅੱਲਾਹ ਹਰ ਦੇ ਕਾਰੋਬਾਰ ਬਰਕਤ ਪਾਵੇ। ਔਰ ਥੱਲੇ ਵੀ ਜਾਂਦੇ ਜਿਹੜੇ ਨਾ ਮਾਸ਼ਾਅੱਲਾ ਕਲੀਨਾਂ ਬਹੁਤ ਖੂਬਸੂਰਤ ਲੱਗੀਆਂ ਹੋਈਆਂ ਨੇ, ਅਤੇ ਥੱਲੇ ਤੁਸੀਂ ਵੇਖ ਸਕਦੇ ਨੇ। ਅਤੇ ਜਿਹੜੇ ਮੁਸਾਫਿਰ ਆਉਂਦੇ ਜਾਂਦੇ ਨੇ ਉਹਨਾਂ ਦਾ ਹਿਸਾਬ ਤੁਸੀਂ ਆਪ ਵੇਖ ਲਓ ਵੀ ਉਹ ਜਿਹਨਾਂ ਲਈ ਇਸ ਮਸਜਿਦ 'ਤੇ ਜਿਹੜਾ ਵੀ ਪੈਸਾ ਮਿਲਦਾ ਹੈ ਨਾ, ਇਹ ਮੇਰੇ ਵਿਆਹ ਜਿਹਨਾਂ ਲਈ ਇਸ ਮਸਜਿਦ 'ਤੇ ਲੈਂਦੇ ਨੇ। ਇਹ ਸਾਰੇ ਜਿਹੜਾ ਸ਼ੀਸ਼ੇ ਦੀ ਜੜਾਈ ਹੋਈ ਹੋਈ ਹੈ, ਬਾਹਰਲੀ ਸਾਈਡ 'ਤੇ ਵੀ ਇਹਨਾਂ ਚਿੱਪਾ ਸਿਲਾਈ ਹੋਈ ਹੈ। ਇਹ ਮਾਸ਼ਾਅੱਲਾ ਰੋਡ ਦੇ ਨਾਲ ਹੈ, ਜਿਹੜੀ ਆ ਤੁਹਾਨੂੰ ਦਿੱਤਾ ਹੋਇਆ ਆ ਵੇਖੋ ਮਾਸ਼ਾਅੱਲਾ, ਬਾਹਰੋਂ ਵੀ ਬੜਾ ਖੂਬਸੂਰਤ ਹੈ ਹਿਸਾਬ ਹੈ ਅਗਰ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਅਤੇ ਇਹ ਨਾਲ ਫਸਲ ਮੱਕੀ ਦੀ ਹੈ, ਮੱਕੀ ਵੀ ਜਿਹੜੀ ਨਾ ਛੱਲੀ ਚੇਰੀ ਖੜੀ ਹੈ, ਤਾਂ ਮਤਲਬ ਤਿਆਰ ਹੈ। ਅਤੇ ਇਹ ਨਾਲ ਇਹਨਾਂ ਭਾਈ ਵਰਾਂ ਫੁੱਲ ਬੂਟੇ ਵੀ ਲਾਏ ਹੋਏ ਨੇ, ਅਤੇ ਟੂਟੀਆਂ ਵਗੈਰਾ ਵੀ ਲੱਗੀਆਂ ਹੋਈਆਂ ਨੇ। ਇਹ ਫੁੱਲ ਨੇ ਮਾਸ਼ਾਅੱਲਾ, ਆਹ ਫੁੱਲ ਗੁਲਾਬ ਦਾ ਇਹਦੇ ਤੁਸੀਂ ਵੇਖ ਲਓ, ਇਹ ਵੀ ਗੁਲਾਬ ਦਾ ਫੁੱਲ ਹੈ। ਇਹ ਹੋਰ ਬੂਟਾ ਹੈ ਮੇਰਾ ਭਾਈ, ਜਿਹੜੀ ਚੀਜ਼ ਤਾਂ ਨਹੀਂ ਮਿਲਾਂ, ਇਹ ਛੋਟੇ ਛੋਟੇ ਗੁਲਾਬ ਦਾ ਫੁੱਲ ਤੁਸੀਂ ਦੇਖੋ ਕਿਤਨੇ ਖੂਬਸੂਰਤ ਹੈ। ਇਸ ਰੇਤ ਵੀ ਹੈ ਨਾ ਵਨ ਪਵਨ ਨੇ ਫੁੱਲ ਲਾਏ ਹੋਏ ਨੇ, ਇਹ ਸਫੈਦ ਨੇ। ਇਹ ਨਾਲ ਭਾਈ ਹੋਰਾਂ ਟਮਾਟਰਾਂ ਦਾ ਬੂਟਾ ਇੱਕ ਲਾਇਆ ਹੋਇਆ, ਇਹ ਵੇਖ ਮਾਸ਼ਾਅੱਲਾ ਮਾਸ਼ਾਅੱਲਾ। ਇਹ ਵੀ ਗੁਲਾਬ ਦਾ ਫੁੱਲ ਹੈ, ਇਹ ਵੀ ਗੁਲਾਬ ਦਾ ਫੁੱਲ ਹੈ। ਮਿਹਨਤ ਮਜ਼ਦੂਰ ਵੀ ਹੁਣ ਕਾਇ ਨੇ ਵੀ ਮੈਂ ਕਰਾਂ, ਮੇਰੇ ਕੋਲ ਵੀ ਨਾ ਹੁੰਦਾ ਇਹਨਾਂ ਭੱਠਿਆਂ ਦੀ ਵਜ੍ਹਾ ਤੋਂ। ਤੇ ਅੱਲਾ ਪਾਕ ਰਹਿਮਤ ਕਰੇ, ਅੱਲਾ ਪਾਕ ਹਰ ਤਰ੍ਹਾਂ ਮਤ ਕਰੇ, ਹਰ ਨੂੰ ਤੰਦਰੁਸਤੀ ਦੇਵੇ, ਸਿਹਤ ਦੇਵੇ, ਜ਼ਿੰਦਗੀ ਦੇਵੇ, ਤੇ ਜਿਹੜੇ ਮੇਰੇ ਭੈਣਾਂ ਬਿਰਾ ਬਿਮਾਰ ਨੇ ਅੱਲਾ ਪਾਕ ਹਰ ਤਰ੍ਹਾਂ ਮਤ ਕਰੇ। ਤੇ ਸਾਰਿਆਂ ਨੇ ਮੇਰੇ ਬਿਲਾਲ ਵਾਸਤੇ ਦੁਆ ਕੀਤੀ ਕਰੋ ਵੀ ਅੱਲਾ ਪਾਕ ਇਹਨੂੰ ਚਲੋ ਆਹ ਦੁੱਖ ਤਾਂ ਸੁਣਾ ਟੋਰ ਸਕਦਾ ਨਾ ਖਾ ਸਕਦਾ ਆਹਦੇ ਹੱਥ ਨਾ, ਤੇ ਚਲੋ ਰੱਬ ਦੀ ਜ਼ਾਤ ਉਹ ਤਾਂ ਤੰਦਰੁਸਤੀ ਦੇ ਉਸਨੇ, ਕਿਸੇ ਕੋਈ ਦੁੱਖ ਕਿਸੇ ਕੋਈ ਦੁੱਖ, ਹੁਣ ਸਿਰਫ ਬਾਹਰ ਆ ਜਾਣੀ ਕੱਢ ਕੇ ਦਿੱਤੇ ਉਹਨਾਂ ਮੱਖੀਆਂ ਦੀ ਵਜ੍ਹਾ ਤੋਂ ਬਾਅਦ ਪੱਖੇ ਤੇ ਮੱਖੀਆਂ ਨਹੀਂ ਅੱਜ ਕੱਢ ਦਿੰਦੀਆਂ, ਤੇ ਮੂੰਹ ਲਿਵੇਂ ਪਾਣੀ ਵਗਾਈ ਜਾਂਦਾ ਮੂੰਹ ਪੱਕੇ ਦੀ ਵਜ੍ਹਾ ਤੋਂ, ਕੋਈ ਦਵਾਈ ਲੈਂਦੇ ਆ ਜਾਂ ਟੀਕਾ ਲਵਾਈਨੇ ਆ। ਤੇ ਸਾਡੇ ਨੇ ਯਾਰ ਰਿਕੁਐਸਟ ਹੈ ਭੈਣਾਂ ਭਾਈਆਂ ਕੋਲ, ਸਾਡੀ ਵੀਡੀਓ ਨੇ ਸ਼ੁਰੂ ਤੋਂ ਆਖਿਰ ਤਾਈਂ ਵੇਖ ਕੇ ਕਰੋ, ਲਾਈਕ ਕੀਤਾ ਕਰੋ, ਕਮੈਂਟ ਸ਼ੇਅਰ ਕੀਤਾ ਕਰੋ, ਤੇ ਤੁਹਾਡੇ ਭੈਣਾਂ ਵੀਰਾਂ ਦੀ ਸਪੋਰਟ ਦੀ ਜ਼ਰੂਰਤ, ਤੇ ਤੁਹਾਡੀ ਸਪੋਰਟ ਨਾਲ ਸਾਡਾ ਚੈਨਲ ਚੱਲਣਾ, ਤੇ ਚੈਨਲ ਅਸਾਂ ਮਜਬੂਰੀ ਨਾ ਬਣਾਇਆ, ਸ਼ੌਂਕ ਤੋਂ ਤਨ ਪੜ ਜੇ ਬੰਦੇ ਅਸਾਂ ਸਿਰਫ ਨਾ ਇਕਬਾਲ ਦੀ ਲੱਤ ਟੁੱਟਣ ਦੀ ਵਜ੍ਹਾ ਤੋਂ ਨਾ ਬਣਾਇਆ, ਜਿਹੜੇ ਤੁਸੀਂ ਭੈਣਾਂ ਭਾਈਆਂ ਬਣਾਇਆ ਹੋਇਆ ਉਹਨਾਂ ਸਾਨੂੰ ਆਖਿਆ ਵੀ ਇਕਬਾਲ ਤਾਂ ਹੁਣ ਮਿਹਨਤ ਮਜ਼ਦੂਰੀ ਤੋਂ ਹੁੰਦੀ ਨਹੀਂ, ਤੇ ਇੱਕ ਔਰਤ ਕੀ ਕਰ ਸਕਦੀ ਹੈ, ਤੇ ਚਲੋ ਤੂੰ ਨਾ ਵੀ ਬਣਾ ਲਾ ਚੈਨਲ ਜਲਾ ਕਰ, ਸਿਹਤ ਕੋਈ ਬੱਚਿਆਂ ਦਾ ਹਿਸਾਬ ਲੱਗ ਜਾਸੇ। ਤੇ ਬੜੀ ਦਿਲ ਦੀ ਖੁਆਇਸ਼ ਹੈ ਵੀ ਨਾ ਅਲਿਸ਼ ਬਾਤ ਅਸਨ ਇਹਨੂੰ ਸਕੂਲ ਪੜ੍ਹਾ ਵੀ ਆ, ਪਰ ਹੁਣ ਨਹੀਂ ਗੁੰਜਾਇਸ਼ ਸਤ ਬਿਲਾਲ ਦੀ ਵਜ੍ਹਾ ਤੋਂ, ਹੁਣ ਮੈਂ ਮਿਹਨਤ ਮਜ਼ਦੂਰੀ ਨਿਕਲ ਜਾ ਤੂੰ ਇਸ ਬੱਚੇ ਨੂੰ ਕਹਿੰਦੇ ਕੋਈ ਛੱਡ ਜਾਈਏ, ਤੇ ਅੱਲਾ ਪਾਕ ਦੱਸੇ ਤਫੀਕ, ਤੇ ਲੈ ਸਾਡੇ ਦਿਲ ਦੀ ਮੁਰਾਦ ਪੂਰੀ ਕਰ ਸੀ ਵੀ ਮੈਂ ਇਹਨਾਂ ਬੱਚਿਆਂ ਨੂੰ ਸਕੂਲ ਗਰਲਸ ਆ।
ਅੱਲਾ ਪਾਕ ਹਰ ਨੂੰ ਤੰਦਰੁਸਤੀ ਦੇਵੇ ਤੇ ਅੱਜ ਦੇ ਵਲੋਕ ਭੈਣਾਂ ਬਾਈਆਂ ਕੋ ਲੈਣੇ ਇਜਾਜ਼ਤ ਅੱਲਾ ਲਾਲ ਤੂੰ ਵੀ ਅੱਲਾ ਤੂੰ ਵੀ ਕਹਿ